तन तन सतगुरु तेरा ही आसरा, तन तन सतगुरु तेरा ही आसरा। ਨੇਕ ਸਾਈ ਸ਼ਾਹ ਮਸਤਾਨਾ ਜੀ ਮਹਾਰਾਜ ਦੇ ਰਹਿਮੋ ਕਰਮ ਦਾ ਇੱਕ ਪਵਿੱਤਰ ਚਮਤਕਾਰ ਤੁਹਾਨੂੰ ਰੂਬਰੂ ਕਰ ਰਹੇ ਹਾਂ ਜੀ। ਧੰਨ ਧੰਨ ਸਤਿਗੁਰੂ ਰਹੇ ਜੀ। ਕਰੀਬ 1957 ਦੀ ਗੱਲ ਹੈ ਕਿ ਇੱਕ ਵਾਰ ਡੇਰਾ ਸੱਚਾ ਸੌਦਾ ਦੇ ਲੰਗਰ ਘਰ ਵਿੱਚ ਅਟਾ ਖਤਮ ਹੋ ਗਿਆ ਤਾਂ ਸੇਵਾਦਾਰ ਪ੍ਰੇਮੀ ਜਦੋਂ ਚੈੱਕ ਕਰਨ ਲੱਗਿਆ ਤਾਂ ਲੰਗਰ ਘਰ ਵਿੱਚ ਨਾ ਤਾਂ ਆਟਾ ਸੀ ਅਤੇ ਨਾ ਹੀ ਕਣਕ ਸੀ। ਬੜੀ ਪਰੇਸ਼ਾਨੀ ਹੋ ਗਈ। ਸੋਚਣ ਲੱਗਿਆ ਕਿ ਸੰਗਤ ਨੂੰ ਲੰਗਰ ਕਿੱਦਾਂ ਛਕਾਇਆ ਜਾਵੇਗਾ। ਚਿੰਤਾ ਵਿੱਚ ਲੰਗਰ ਘਰ ਦੇ ਇੰਚਾਰਜ ਖੇਮ ਚੰਦ ਜੀ ਭੰਡਾਰੀ ਕੋਲ ਚਲੇ ਗਏ ਅਤੇ ਉਹਨਾਂ ਨੂੰ ਕਹਿਣ ਲੱਗਿਆ ਕਿ ਬਾਈ ਜੀ, ਲੰਗਰ ਘਰ ਵਿੱਚ ਨਾ ਤਾਂ ਆਟਾ ਹੈ ਅਤੇ ਨਾ ਹੀ ਕਮਰੇ ਵਿੱਚ ਕਣਕ ਹੈ। ਉਸ ਤੋਂ ਬਾਅਦ ਖੇਮ ਚੰਦ ਪ੍ਰੇਮੀ ਜੀ ਨੇ ਜਾ ਕੇ ਲੰਗਰ ਘਰ ਵਿੱਚ ਆਟਾ ਚੈੱਕ ਕੀਤਾ, ਆਟਾ ਨਹੀਂ ਸੀ ਅਤੇ ਨਾ ਹੀ ਕਮਰੇ ਵਿੱਚ ਕਣਕ ਸੀ। ਬੜੀ ਚਿੰਤਾ ਹੋ ਗਈ ਕਿ ਸੰਗਤ ਨੂੰ ਲੰਗਰ ਕਿੱਦਾਂ ਛਕਾਇਆ ਜਾਵੇ। ਘੱਟ ਘੱਟ ਦੀ ਜਾਣਹਾਰ ਸਾਈ ਸ਼ਾਹ ਮਸਤਾਨਾ ਜੀ ਮਹਾਰਾਜ ਇਹਨੇ ਵਿੱਚ ਗੁਫਾ ਵਿੱਚੋਂ ਬਾਹਰ ਆ ਗਏ ਅਤੇ ਬਾਹਰ ਆਉਂਦੇ ਹੀ ਖੇਮ ਚੰਦ ਭੰਡਾਰੀ ਜੀ ਨੂੰ ਬਚਨ ਫਰਮਾਇਆ ਕਿ ਬੇਟਾ ਖੇਮ ਚੰਦ, ਲੰਗਰ ਸ਼ੁਰੂ ਕਰ ਦਿੱਤਾ। ਇਸ 'ਤੇ ਖੇਮ ਚੰਦ ਜੀ ਨੇ ਮਾਫ਼ੀ ਮੰਗਦੇ ਹੋਏ ਕਿਹਾ, ਸਾਈਂ ਜੀ, ਲੰਗਰ ਘਰ ਵਿੱਚ ਨਾ ਤਾਂ ਆਟਾ ਹੈ ਅਤੇ ਨਾ ਹੀ ਕਮਰੇ ਵਿੱਚ ਕਣਕ ਹੈ। ਇਹਨਾਂ ਸੁਣਦੇ ਹੀ ਸ਼ਾਹੀ ਸ਼ਾਹ ਮਸਤਾਨਾ ਜੀ ਨੇ ਪੂਰੇ ਜੋਸ਼ ਨਾਲ ਵਚਨ ਫਰਮਾਇਆ, ਕਮਰਾ ਖੋਲ ਕਰ ਤੋਂ ਦੇਖੋ ਜਾਂ ਤਾਂ ਦੂਸਰੇ ਚਾਬੀ ਲੈ ਜਾ। ਐਨ ਸ਼ਾਹ ਜੀ ਦੇ ਹੁਕਮ ਅਨੁਸਾਰ ਖੇਮ ਚੰਦ ਚਾਬੀ ਲੈ ਕੇ ਚਲਾ ਗਿਆ। ਜਦ ਕਮਰਾ ਖੋਲਿਆ ਤਾਂ ਦੇਖਿਆ ਕਮਰੇ ਵਿੱਚ ਕਣਕ ਦੀਆਂ 5 ਬੋਰੀਆਂ ਪਈਆਂ ਸਨ। ਚੋਜੀ ਦੇ ਚੋਜ ਦੇਖ ਕੇ ਸਾਰੀ ਸੰਗਤ ਲਾਜਵਾਬ ਹੋ ਗਈ। ਉਸ ਸਮੇਂ ਪਰਮ ਦਿਆਲੂ ਦਤਾਰ ਜੀ ਨਿੰਮ ਦੇ ਦਰਖਤ ਹੇਠਾਂ ਬੈਠੇ ਸਨ। ਖੇਮ ਚੰਦ ਜੀ ਨੇ ਜਾ ਕੇ ਸ਼ਹਿਨਸ਼ਾਹ ਜੀ ਦੇ ਚਰਨਾਂ ਵਿੱਚ ਅਰਜ਼ ਕੀਤੀ ਕਿ ਸਾਈ ਜੀ, ਕਮਰੇ ਵਿੱਚ 5 ਬੋਰੀਆਂ ਕਣਕ ਦੀਆਂ ਪਈਆਂ ਹਨ। ਜਦੋਂ ਕਿ ਉਹਨਾਂ ਨੇ 2 ਵਾਰ ਚੈੱਕ ਕੀਤਾ ਸੀ, ਕਮਰੇ ਵਿੱਚ ਬਿਲਕੁਲ ਵੀ ਕਣਕ ਨਹੀਂ ਸੀ। ਤਾਂ ਸਰਬ ਸਮਰੱਥ ਦਿਆਲੂ ਦਤਾਰ ਜੀ ਨੇ ਬਚਨ ਫਰਮਾਏ, ਖੇਮਾ, ਤੂੰ ਕੈਸੇ ਬੋਲਤਾ ਤਾ, ਗੇਹੂੰ ਨਹੀਂ ਹੈ, ਤੁਝੇ ਸਤਗੁਰ ਪਰ ਵਿਸ਼ਵਾਸ ਨਹੀਂ। ਇੱਕ ਬੋਰੀ ਲੈ ਕਰ ਜਾ, ਆਟਾ ਬਿਸਵਾ ਕਰ ਲਾ, ਲੰਗਰ ਬਣਾਓ, ਸੰਗਤ ਭੂਖੀ ਹੈ, ਸੰਗਤ ਕੋ ਲੰਗਰ ਛਕਾਓ। ਐਸਾ ਚਮਤਕਾਰ ਕੀਆ ਮੇਰੇ ਸਤਗੁਰ ਜੀ ਨੇ। ਧੰਨ ਹੈ ਮੇਰਾ ਸਤਗੁਰ, ਧੰਨ ਹੈ ਸਾਈ ਸ਼ਾਮ ਮਸਤਾਨਾ ਜੀ ਮਹਾਰਾਜ, ਧੰਨ ਹੈ ਬੁਲਹਾਰੇ ਜਾਈਏ, ਹਮੇਸ਼ਾ ਸਤਿਗੁਰ ਦੇ ਚਰਨਾਂ ਵਿੱਚ ਓੜਨ ਵਾਈਏ। ਧੰਨ ਧੰਨ ਸਤਿਗੁਰੂ ਤੇਰਾ ਹੀ ਆਸਰਾ।